ਗੁਰੂ ਦੇ ਆਸਰੇ ਦੇ ਨਾਲ ਅੰਦਰ ਬਹੁਤ ਵਧੀਆ ਭਰਾ ਮਿਲੇ, ਬਹੁਤ ਵਧੀਆ ਬਜ਼ੁਰਗ ਮਿਲੇ ਔਰ ਜਿਨ੍ਹਾਂ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਿਆ। ਅੰਦਰ ਜਾ ਕੇ ਗੁਰੂ ਦੇ ਆਸਰੇ ਗਿਆ ਸੀ, ਅੱਜ ਵੀ ਗੁਟਕਾ ਸਾਹਿਬ ਹੱਥ ਦੇ ਵਿੱਚ ਆ, ਹੁਣ ਵੀ ਗੁਟਕਾ ਸਾਹਿਬ ਹੱਥ 'ਚ ਲੈ ਕੇ ਬਾਹਰ ਆਇਆ ਵਾਂ। ਇਹਨਾਂ ਸਾਰਿਆਂ ਨੇ ਮੈਨੂੰ ਜਿਹੜਾ ਬਹੁਤ ਜ਼ਿਆਦਾ ਪਿਆਰ ਅਤੇ ਮਾਣ ਅਤੇ ਸਤਿਕਾਰ ਦਿੱਤਾ ਔਰ ਫਿਰ ਤੋਂ ਉਹਨਾਂ ਭਰਾਵਾਂ ਦਾ ਕੋਟਨ ਕੋਟ ਧੰਨਵਾਦ ਜਿਨ੍ਹਾਂ ਨੇ ਸੌਖੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਜਿਹੜਾ ਖੜ੍ਹੇ ਰਹੇ, ਸਾਰਿਆਂ ਦਾ ਫਿਰ ਧੰਨਵਾਦ। ਜਿਹੜੇ ਸਾਹਿਬ ਪੰਜਾਬ ਦੇ ਜਿਹੜੇ ਪ੍ਰਧਾਨ ਆਏ ਸੀ ਕਾਂਗਰਸ ਦੇ ਅਤੇ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਜੇਲ੍ਹ ਪ੍ਰਸ਼ਾਸਨ ਦਾ ਵਤੀਰਾ ਆ ਜਾਂ ਜੇਲ੍ਹ ਕਰਮੀ ਦਾ ਵਤੀਰਾ, ਉਹ ਸਹੀ ਨਹੀਂ ਸੀ, ਉਹਨਾਂ ਨੂੰ ਜਲੀਲ ਕੀਤਾ ਗਿਆ। ਗੱਲ ਇਹ ਆ ਕਿ ਜੇਲ੍ਹ ਪ੍ਰਸ਼ਾਸਨ ਦੀ ਨਹੀਂ ਗੱਲ, ਉਹਦੇ 'ਚ ਜਿਹੜੇ ਬਾਹਰ ਪ੍ਰਾਈਵੇਟ ਸਿਕਿਉਰਿਟੀ ਜਿਹੜੀ ਆ ਉਹਨਾਂ ਨੂੰ ਵਤੀਰਾ ਜਿਹੜਾ ਉਹ ਠੀਕ ਨਹੀਂ ਸੀਗਾ, ਪਰ ਮੈਂ ਪ੍ਰਧਾਨ ਜੀ ਦਾ ਵੀ ਔਰ ਮੈਂ ਇਹਦੇ ਨਾਲ ਨਾਲ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਦਾ, ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦਾ ਔਰ ਸੁਖਜਿੰਦਰ ਸਿੰਘ ਰੰਧਾਵਾ ਜੀ ਦਾ ਔਰ ਰਾਣਾ ਗੁਰਜੀਤ ਸਿੰਘ ਜੀ ਦਾ, ਪ੍ਰਗਟ ਸਿੰਘ ਜੀ ਦਾ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਪੀਕਰ ਸਾਹਿਬ ਰਾਣਾ ਜੋਤੀ ਜੀ ਦਾ, ਦਰਸ਼ਨ ਸਿੰਘ ਮੰਗੂਪੁਰ ਜੀ ਦਾ ਔਰ ਹਰਦੇਵ ਲਾਡੀ ਜੀ ਸੇਰੋਵਾਲੀਆ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ। ਸਾਰਿਆਂ ਨੇ ਬਹੁਤ ਪਿਆਰ ਅਤੇ ਮਨ ਬਹੁਤ ਮਾਣ ਅਤੇ ਸਤਿਕਾਰ ਦਿੱਤਾ ਔਰ ਗੁਰੂ ਸਾਹਿਬ ਦਾ ਕੋਟਨ ਕੋਟ ਧੰਨਵਾਦ ਕਰਦਾ। ਸਰਕਾਰਾਂ ਨੇ ਜੋ ਕਰਨਾ ਸੀ ਬਸ ਬਾਈ ਥੋੜ੍ਹਾ ਲੋਕੋ ਥੱਲੇ, ਪਰ ਮੈਂ ਗੱਲ ਕਹਾਂਗਾ ਕਿ ਇਹਦੇ ਨਾਲ ਨਾਲ ਮੈਂ ਮੀਡੀਆ ਦੇ ਸਾਰੇ ਭਰਾਵਾਂ ਦਾ ਲੋਕਾਂ ਦਾ ਜਿਨ੍ਹਾਂ ਨੇ ਮੇਰਾ ਔਰ ਮੇਰੇ ਪਰਿਵਾਰ ਦਾ ਸਾਥ ਦਿੱਤਾ, ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਕੋਟਨ ਕੋਟ ਧੰਨਵਾਦ ਕਰਦਾ ਔਰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਕੋਟਨ ਕੋਟ ਧੰਨਵਾਦ ਕਰਦਾ ਕਿ ਜਿਨ੍ਹਾਂ ਦਾ ਮੈਂ ਸ਼ੁਕਰਾਨਾ ਕਰਨ ਵੀ ਪਹੁੰਚਾਂਗਾ ਔਰ ਜਿਨ੍ਹਾਂ ਦੀ ਬਦੌਲਤ ਔਰ ਮਾਣਯੋਗ ਹਾਈ ਕੋਰਟ ਨੇ ਜੋ ਫੈਸਲਾ ਲਿਆ, ਮੈਂ ਉਸਦਾ ਮਾਣਯੋਗ ਹਾਈ ਕੋਰਟ ਦਾ ਜਿਹੜਾ ਕੋਟਨ ਕੋਟ ਧੰਨਵਾਦ। ਜੀਰਾ ਸਾਹਿਬ ਅੰਦਰ ਵਰਤਾਅ ਕਿੱਦਾਂ ਦਾ ਸੀਗਾ? ਗੱਲ ਇਹ ਹੈ ਕਿ ਮੈਨੂੰ ਤਾਂ ਅੰਦਰ ਇਹ ਨਹੀਂ ਮਹਿਸੂਸ ਹੋਇਆ ਗਾ ਕਿ ਮੈਂ ਅੰਦਰ ਜੇਲ੍ਹ 'ਚ ਜਾਂ ਮੈਂ ਘਰ, ਕਿਉਂਕਿ ਮੈਂ ਅੰਦਰ ਜਾ ਕੇ ਗੁਰੂ ਦੇ ਆਸਰੇ ਗਿਆ ਸੀ, ਅੱਜ ਵੀ ਗੁਟਕਾ ਸਾਹਿਬ ਹੱਥ ਦੇ ਵਿੱਚ ਆ, ਹੁਣ ਵੀ ਗੁਟਕਾ ਸਾਹਿਬ ਹੱਥ 'ਚ ਲੈ ਕੇ ਬਾਹਰ ਆਇਆ ਵਾਂ ਔਰ ਗੁਰੂ ਦੇ ਆਸਰੇ ਦੇ ਨਾਲ ਅੰਦਰ ਬਹੁਤ ਵਧੀਆ ਭਰਾ ਮਿਲੇ, ਬਹੁਤ ਵਧੀਆ ਬਜ਼ੁਰਗ ਮਿਲੇ ਔਰ ਜਿਨ੍ਹਾਂ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਿਆ। ਔਰ ਮੈਂ ਇਹ ਗੱਲ ਕਹਾਂਗਾ ਕਿ ਸਾਰੇ ਲੀਡਰ ਸਾਹਿਬਾਨਾਂ ਕਿ ਠੀਕ ਹੈ ਕਿ ਜੇਲ੍ਹਾਂ ਇੱਕ ਨਾਂ ਦੀਆਂ ਜੇਲ੍ਹਾਂ ਨੇ, ਪਰ ਜਿਹੜਾ ਬੰਦਾ ਜੇਲ੍ਹ ਨੂੰ ਜੇਲ੍ਹ ਸਮਝ ਕੇ ਜਾਂਦਾ ਉਹਦੇ ਲਈ ਔਖਾ ਹੈ। ਮੈਂ ਅੰਦਰ ਪਰਿਵਾਰ ਨੂੰ ਮਿਲਣ ਗਿਆ ਸੀ, ਆਪਦਾ ਪਰਿਵਾਰ ਸਮਝ ਕੇ, ਆਪਦਾ ਘਰ ਸਮਝ ਕੇ, ਇਹਨਾਂ ਸਾਰਿਆਂ ਨੇ ਮੈਨੂੰ ਜਿਹੜਾ ਬਹੁਤ ਜ਼ਿਆਦਾ ਪਿਆਰ ਅਤੇ ਮਾਣ ਅਤੇ ਸਤਿਕਾਰ ਦਿੱਤਾ।